ਤੇ ਹੁਣ ਗੱਲ ਭਾਜਪਾ ਦੀ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਭਾਜਪਾ ਦੀ ਹਾਰ ਦੇ ਆਖਰ ਕੀ ਕੁਝ ਕਾਰਨ ਰਹੇ ਉਹ ਵੀ ਤੁਹਾਨੂੰ ਦੱਸਾਂਗੇ ਪਰ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਇੱਥੋਂ ਸਮਝੀ ਜਾ ਸਕਦੀ ਹੈ ਨਸ਼ੇ ਦਾ ਮੁੱਦਾ ਅਹਿਮ ਰਿਹਾ ਭਾਜਪਾ ਦੀ ਹਾਰ ਦੇ ਪੰਜ ਵੱਡੇ ਕਾਰਨ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਣਾ ਸ਼੍ਰੋਮਣੀ ਅਕਾਲੀ ਦਲ ਤੋਂ ਗੱਠਜੋੜ ਟੁੱਟਣਾ ਇੱਕ ਵੱਡਾ ਕਾਰਨ ਭਾਜਪਾ ਦਾ ਆਧਾਰ ਖਤਮ ਕਰਨ ਵਾਲਾ ਰਿਹਾ ਕਿਉਂਕਿ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਦੇ ਵਿੱਚ ਰਿਹਾ तो भाजपा का हार का कारण जो है पेंडू खेतरां दे विच भाजपा कमजोर रही कमजोर तरां दे नाल गठजोड़ दे विच रही सो ये तमाम तस्वीरां जो ने तमाम कारण जो ने वो भाजपा की हार दे रहे।